ਹਰਦੀਪ ਢਾਲੀਵਾਲ, ਸਾਡੇ ਪ੍ਰਧਾਨ ਸਾਹਿਬ ਨਾਲ ਦਪਿੰਦਰ ਠੇਕੇਦਾਰ, ਸਾਡੇ ਬਾਬੂ ਪ੍ਰਧਾਨ ਜੀ ਮਲੇਰਕੋਟਲਾ, ਉਹਨਾਂ ਦੇ ਨਾਲ ਜਿੰਨੇ ਵੀ ਸਾਡੇ ਵੱਡੇ ਭਰਾ ਆ, ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਹੈ। ਅੱਜ ਸਾਡਾ ਵੀਰ ਪਿੰਦਰੀ ਸਰਪੰਚ ਸਾਰਨ ਮਾਜਰਾ, ਉਹ ਵੀ ਸਾਡੇ ਦਰਮਿਆਨ ਪੁੱਜਣਗੇ, ਸਾਡੇ ਵੱਡੇ ਭਰਾ, ਕਿਉਂਕਿ ਬਿਪਨ ਬਾਈ ਦੇ ਨਾਲ, ਸਾਡੇ ਬਾਈ ਦੇ ਨਾਲ ਭਰਾਵਾਂ ਤੋਂ ਵੱਧ ਕੇ ਪਿਆਰ ਰੱਖਦੇ ਆ, ਕਿਉਂਕਿ ਜਦੋਂ ਮਲੇਰਕੋਟਲੇ ਦੇ ਵਿੱਚ ਕੱਪ ਹੁੰਦਾ ਹੈ ਤੇ ਬਿਪਨ ਬਾਈ ਹੁਣੀ ਆਪਣੀ ਮਿੱਤਰ ਮੰਡਲੀ ਦੇ ਨਾਲ ਜਾਂਦੇ ਨੇ, ਜੱਸੇ ਹੁਣੀ ਜਾਂਦੇ ਨੇ, ਤੇ ਅੱਜ ਪਿੰਡ ਜੋਗੀ ਮਾਜਰੇ ਦਾ ਮੇਲਾ ਹੈ। ਅੱਜ ਸਾਡੇ ਭਰਾ ਇੱਕ ਨਿੱਕੇ ਜਿਹੇ ਸੱਦੇ ਨੂੰ ਕਬੂਲਦੇ ਆ, ਸਰਾਦ ਵਾਲੇ ਲਛਮਣ ਹੁਣੀ, ਹਰਦੀਪ ਢਾਲੀਵਾਲ ਨੌਤਰਾਣੀ, ਨਾਲ ਸਾਡਾ ਦਪਿੰਦਰ ਠੇਕੇਦਾਰ ਫਰੀਦਪੁਰੀ ਆ, ਨਾਲ ਬਾਬੂ ਪ੍ਰਧਾਨ ਜੀ, ਅਸੀਂ ਉਹਨਾਂ ਦਾ ਧੰਨਵਾਦ ਕਰ ਰਹੇ ਹਾਂ। ਸਾਡੇ ਭਰਾ ਇੱਧਰ ਜਿਹੜਾ ਹੁਣ ਮੁਕਾਬਲਾ ਜੀ, ਵੀਰੇ ਲੈ ਵਾਲੇ ਵੀਰਾਂ ਨੂੰ ਬੇਨਤੀ ਹੈ, ਬਹੁਤੇ ਫੋਨ ਆ ਰਹੇ ਆ, ਲੈਵ ਰੁਕਿਆ ਪਿਆ, ਸੈਟਿੰਗ ਕਰੋ ਥੋੜੀ ਬਹੁਤੀ। ਇੱਧਰ ਸਾਡਾ ਜਸ਼ਨ ਬੈਣੀਪਾਲ, ਸਾਡਾ ਜਸ਼ਨ ਬੈਣੀਪਾਲ, ਸਾਡਾ ਵੀਰ ਰੋਣੋ ਪਿੰਡ ਵਾਲਾ, ਸਾਡਾ ਉੱਘਾ ਸਮਾਜ ਸੇਵੀ ਹੈ, ਇਹ ਵੀ ਸਾਡਾ ਭਰਾ ਸਾਡੇ ਦਰਮਿਆਨ ਪੁੱਜ ਕੇ ਉਹਨਾਂ ਦੇ ਭਰਾ ਨਾਲ ਆਏ ਨੇ, ਸਾਰੇ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਹੈ। ਜਸ਼ਨ ਬੈਣੀਪਾਲ ਸਾਡਾ ਵੀਰ ਉੱਘਾ ਸਮਾਜ ਸੇਵੀ ਸਾਡੇ ਕੋਲ ਆਇਆ ਹੈ, ਅਸੀਂ ਸਵਾਗਤ ਕਰ ਰਹੇ ਹਾਂ ਸਾਡੇ ਵੱਡੇ ਭਰਾ ਦਾ। ਇੱਧਰ ਸਾਡੇ ਹਰਦੀਪ ਸਿੰਘ ਜੀ ਕੈਨੇਡਾ ਵਿਨੀਪੈਗ ਗੋਂਦਵਾਲ, ਉਹ ਵੀ ਆਪਣੀ ਪੂਰੀ ਮਿੱਤਰ ਮੰਡਲੀ ਦੇ ਨਾਲ ਆਏ ਨੇ, ਉਹਨਾਂ ਦਾ ਧੰਨਵਾਦ ਕੀਤਾ ਜਾ ਰਿਹਾ ਹੈ। ਸਾਡੇ ਹਰਦੀਪ ਜੀ ਗੋਂਦਵਾਲ ਤੋਂ, ਕੈਨੇਡਾ ਵਿਨੀਪੈਗ ਤੋਂ ਸਾਡੇ ਕੋਲ ਆਏ ਆ, ਅਸੀਂ ਉਹਨਾਂ ਦਾ ਸਵਾਗਤ ਕਰ ਰਹੇ ਹਾਂ। ਮੇਰੀ ਬੇਨਤੀ ਹੈ ਹੁਣ ਜਿਹੜਾ ਮੈਚ ਕਾਲਾ 913 ਤੇ ਨਿੱਕੂ ਬੇਰਕਲਾ ਜੈੱਟ ਬਲੈਕ ਆਰ ਐਕਸ ਸੋਨਾਲੀਗਾ ਟਰੈਕਟਰ ਹੈ, ਜਿਹੜੇ ਭਰਾਵਾਂ ਨੇ ਕਹਿੰਦੇ ਟਰੈਕਟਰ ਤਵੀਆਂ ਦੇ ਵਿੱਚ ਜਿਹੜੀ ਆਪਣੀ ਵੱਡੀ ਚੜ੍ਹਤ ਬਣਾਈ ਹੈ ਮਾਝੇ ਮਾਲਵੇ ਦੁਆਬੇ ਦੀ ਧਰਤੀ ਤੇ, ਸਾਡਾ ਨਿੱਕੂ ਬੇਰਕਲਾ ਵਾਲਾ ਜਿਹੜੇ ਭਰਾ ਦਾ ਬਹੁਤ ਵੱਡਾ ਨਾਮ ਹੈ। ਲਾਡੀ ਹਰਦੀਪ ਕਹਿੰਦਾ ਇੱਕ ਟਰੈਕਟਰ ਤੇ ਮੈਂ ਬੈਠੂ, ਲਛਮਣ ਕਹਿੰਦਾ ਇੱਕ ਤੇ ਮੈਂ ਬੈਠੂ, ਅਸੀਂ ਸ਼ੋਅ ਮੈਚ ਲਾਉਣਾ ਬਾਅਦ ਚ ਸ਼ਾਮ ਨੂੰ, ਅਸੀਂ ਕਹਿੰਦਾ ਚਲਾ ਕੇ ਦੇਖਣਾ ਵੀ ਇਹਨਾਂ ਦੀ ਕੀ ਕੁਛ ਖਾਸ ਹੈ। ਸਾਡੇ ਮਲੇਰਕੋਟਲਾ ਹਾਂ ਨਾਲਾ ਕਮੇਟੀ ਦੇ ਸਾਡੇ ਚੇਅਰਮੈਨ ਸਾਹਿਬ, ਪ੍ਰਧਾਨ ਸਾਹਿਬ ਸਾਡੇ ਲਛਮਣ ਬਾਈ ਹੁਣੀ, ਉਹ ਵੀ ਸਾਡੀ ਜ਼ਿੰਦਗੀ ਦਾ ਮਾਣ ਨੇ, ਸਾਡੇ ਵੱਡੇ ਭਰਾ ਹਰਪ੍ਰੀਤ ਚੀਮੇ ਹੁਣੀ, ਸਾਡੇ ਵੀਰ ਹੈਪੇ ਬਾਈ ਹੁਣੀ, ਜਗਵਿੰਦਰ ਹੁਣੀ ਸਾਡੇ ਵੱਡੇ ਭਰਾ ਨੇ, ਵੀ ਸਾਡੀ ਜ਼ਿੰਦਗੀ ਦਾ ਮਾਣ ਨੇ, ਕਿਉਂਕਿ ਇਹਨਾਂ ਭਰਾਵਾਂ ਨੇ ਉਂਗਲੀ ਫੜ ਕੇ ਚਲਾਉਣਾ ਸਿੱਖਿਆ ਹੈ। ਇਹਨਾਂ ਭਰਾਵਾਂ ਦਾ ਵੀ ਬਹੁਤ ਬਹੁਤ ਧੰਨਵਾਦ ਹੈ, ਅੱਜ ਆਪਣੇ ਪਿੰਡ ਦੇ ਵਿੱਚ ਮੇਲਾ ਕਰਵਾ ਰਹੇ ਹਾਂ। ਹਾਂ ਜੈੱਡ ਬਲੈਕ, ਹਾਂ ਜੈੱਡ ਬਲੈਕ, ਹਾਂ ਜੈੱਡ ਬਲੈਕ, ਇੱਥੋਂ ਮੁੜੂ ਹੁਣ ਹੈ, ਉਹ ਜੈੱਡ ਬਲੈਕ ਕਮਾਲ ਕਰਦਾ, ਕੀ ਬਈ ਗੱਲ ਹੀ ਕਮਾਲ ਕਰਤੀ, ਕੀ ਭਰਤਾ ਚੈਨੀ ਦੇ ਵਿੱਚ ਬਰੂਦ ਭਰਤਾ, ਜੈੱਡ ਬਲੈਕ ਦੇ ਵਿੱਚ ਬਰੂਦ ਭਰਤਾ, ਤਾਂ ਮਨੀ ਨੇ ਕੰਨ ਚ ਫੂਕ ਮਾਰੀ ਆ। ਉਦੋਂ ਵੀ ਮੈਂ ਵੀ ਦੇਖਦਾ ਵੀ ਮਨੀ ਦੇ ਨਾਲ ਜੱਗੀ ਕੂਹਲੀ ਵਾਲੇ ਦੇ ਚੈਨੀ ਕੋਈ ਜ਼ਰੂਰੀ ਮੁੱਦੇ ਤੇ ਡਿਸਕਸ ਹੀ ਕਰੀ ਜਾ ਰਹੇ ਆ। ਜਸ਼ਨ ਮੈਨੀਪਾਲ ਗੋਪੀ, ਇੱਕ ਮਿੰਟ ਵੀਰੇ, ਵੀਰੇ ਆਹ ਦੇਖੋ ਕੁਰਸੀਆਂ ਕਿੰਨੀਆਂ ਲੱਗੀਆਂ ਨੇ, ਅਨਡਿਸਿਪਲਿਨ ਬਿਲਕੁਲ ਵਧੀਆ ਨਹੀਂ ਲੱਗਦਾ। ਮੈਂ ਸਾਰਿਆਂ ਨੂੰ ਕਹਿਣਾ, ਮੇਰੇ ਸਾਰੇ ਮਿੱਤਰੋਂ, ਮੈਂ ਇੱਕਦਮ ਚੰਗਾ ਨਹੀਂ ਲੱਗਦਾ ਬਾਰ ਬਾਰ ਕਹਿੰਦਾ, ਤੁਰ ਫਿਰ ਕੀ ਮੇਲਾ ਦੇਖ ਲਓ ਸਾਰੇ ਜਾਣੇ,
ਇਧਰ ਸਾਡੇ ਜਸ਼ਨ ਬੈਨੀਪਾਲ, ਸੁਖ ਬੈਨੀਪਾਲ, ਬਾਈ ਬਿੰਦੂ ਬੈਨੀਪਾਲ, ਮਨੀ ਔਜਲਾ ਨਾਲ ਸੁੱਖਾ ਬੈਨੀਪਾਲ ਸਾਡੇ ਭਰਾ, ਸਾਡੇ ਜਸ਼ਨ ਦੇ ਜ਼ਿੰਦਗੀ ਦਾ ਮਾਣ ਨੇ ਸਾਡੇ ਭਰਾ ਆਏ ਨੇ, ਇਹਨਾਂ ਦਾ ਧੰਨਵਾਦ ਕੀਤਾ ਜਾ ਰਿਹਾ ਹੈ। ਇੱਕ ਪਾਸੇ ਜੱਟ ਬਲੈਕ ਹੈ ਪਰ ਇਹਦੀ ਕੰਪਨੀ ਸੋਨਾਲੀ ਘਾਰ ਐਕਸ ਹੈ, ਇਹਦਾ ਨੌ ਜੱਟ ਬਲੈਕ ਹੈ। ਇਹਨੇ ਤਵੀਆਂ ਦੇ ਵਿੱਚ ਮਾਝਾ ਮਾਲਵਾ ਦੁਆਬਾ ਕੋਈ ਏਰੀਆ ਨਹੀਂ ਛੱਡਿਆ ਵੀ ਜਿੱਥੇ ਇਹ ਟਰੈਕਟਰ ਦਾ ਕੋਈ ਨੰਬਰ ਨਹੀਂ। ਸਾਡਾ ਟਿੱਕੂ ਬੇਰ ਸਾਡੇ ਪਾਲ ਬੇਰੋਣੀ, ਜੇ ਮੈਂ ਗੱਲ ਕਰਾਂ 12 ਫਰਵਰੀ 2014 ਦੀ ਤਾਂ ਇੱਥੋਂ ਗੁਆਂਢੀ ਨਗਰ ਹੈ ਘਣਗਸ ਪਿੰਡ ਦੇ ਵਿੱਚ ਇਹ ਟਰੈਕਟਰ ਨੇ ਤਵੀਆਂ ਦਾ ਪਹਿਲਾ ਮੇਲਾ ਖੇਡਿਆ ਸੀਗਾ, ਪੱਪੀ ਸੋਹੀ ਦਾ ਨੰਬਰ ਬਣਿਆ ਸੀ ਉੱਥੇ, ਸਿੰਪਲ ਤਵੀਆਂ ਮੁਕਾਬਲੇ ਹੋਏ ਘਣਗਸ ਪਿੰਡ ਦੇ ਵਿੱਚ ਤਾਂ ਪਹਿਲਾ ਮੇਲਾ ਖੇਡਿਆ ਗਿਆ। ਆਹ ਟਰੈਕਟਰ ਜਿਹੜਾ ਆਪਾਂ ਜੈਡ ਬਲੈਕ ਬੇਰ ਕਲਾਂ ਵਾਲਾ ਤੱਕ ਰਿਹਾ, ਆਓ ਬਾਈ ਆ ਜਾ ਚੰਨੀ ਵੀਰੇ ਕਰ ਦੋ ਜੀ ਸ਼ੁਰੂ। ਅਗਲਾ ਮੈਚ ਹੈ ਕੁਲਵੰਤ 68-62 ਤੇ ਮੋਹਾਲੀ ਅਰਜਨ, ਕੁਲਵੰਤ 68-62 ਤੇ ਮੋਹਾਲੀ ਅਰਜਨ। ਰੋਪੀ ਜਿੰਨਾ ਵੀ ਇਕੱਠਾ ਮੈਚ ਫੇਰ ਹੋਣਾ ਪਹਿਲਾਂ ਸ਼ਾਂਤ ਕਰਾਓ। ਹਰਪ੍ਰੀਤ ਚੀਮਾ ਜੀ, ਹਰਪ੍ਰੀਤ ਚੀਮਾ ਜੀ, ਹੈਪੀ ਬਾਈ ਤੁਰ ਫਿਰ ਕੇ ਮੇਲਾ ਦੇਖੋ ਵੀਰ ਸੱਜੇ ਆਪਾਂ ਆਪਣੇ ਸਾਰੇ ਭਰਾਵਾਂ ਨੂੰ ਉਧਰ ਕੁਰਸੀਆਂ ਦੇਖੋ ਕਿੰਨੀਆਂ ਪਈਆਂ ਨੇ, ਸਾਰੀਆਂ ਕੁਰਸੀਆਂ ਚੜ ਲਓ, ਸਾਰੇ ਭਰਾ ਆਰਾਮ ਨਾਲ ਬੈਠ ਕੇ ਦੇਖੋ, ਨਾਲ ਤੁਹਾਨੂੰ ਸਵਾਦ ਆਵੇ, ਨਾਲ ਜਿਹੜੇ ਦਰਸ਼ਕਾਂ ਨੇ ਉਹਨਾਂ ਨੂੰ ਵੀ ਸਵਾਦ ਆਉਣਾ ਚਾਹੀਦਾ ਹੈ, ਕਿਉਂਕਿ ਸਾਰੇ ਇੱਥੇ ਸਵਾਦ ਹੀ ਦਰਸ਼ਕ ਲੈਣ ਆਏ ਨੇ। ਇਹਨਾਂ ਦੇ ਸਭ ਦੇ ਘਰੇ ਜਾ ਕੇ ਕੋਈ ਸੰਨੀ ਨਹੀਂ ਕਰਕੇ ਆਇਆ, ਕਿਸੇ ਨੇ ਪੱਠੇ ਵੱਢਣੇ ਆ, ਇਹਨਾਂ ਦੇ ਸਭ ਦੇ ਗਾਲਾਂ ਪੈਣੀਆਂ ਨੇ, ਬਾਕੀ ਸਵਾਦ ਇਹਨਾਂ ਨੂੰ ਚਾਹੀਦਾ। ਬਾਈ ਲਾਡੀ ਰਾਏਕੋਟ ਸਾਡਾ ਵੀਰ ਪ੍ਰਵੀਨ ਕਲਸੀ, ਨਾਲ ਸਾਡਾ ਜੱਸਾ ਸੋਮਲ ਖੇੜੀ, ਉਹ ਜਿੰਨੇ ਵੀ ਭਰਾ ਸਾਡੇ ਕੋਲ ਆ ਰਹੇ ਨੇ ਰਾਏਕੋਟੀਆ ਲਾਡੀ, ਸਾਡੇ ਵੀਰਾਂ ਦੇ ਨਾਲ ਸਾਰੇ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਹੈ। ਬਾਈ ਗੋਪੀ ਸਮਰਾ ਪਹੀੜ, ਬਾਈ ਗੋਪੀ ਸਮਰਾ ਪਹੀੜ, ਆਓ ਚੱਲੋ ਜੈਡ ਬਲੈਕ, ਜੈਡ ਬਲੈਕ, ਜੈਡ ਬਲੈਕ, ਲੈ ਚਾਨੀ ਪਟਿਆਲਾ, ਇਹਦੀ ਹੋਰ ਰੇਸ ਹੈਗੀ ਤੇ ਮਾਰਦੇ ਰੇਸ ਦੇ ਜੈਡ ਬਲੈਕ ਮਾਰ ਦੋ ਜੱਡ ਬਲੈਕ ਚ ਕੀ ਭਰਤਾ ਦਰਸ਼ਕੋ ਦੇ ਸਵਾਦ ਖੁੱਲ ਕੇ, ਵਾਹ ਬਈ ਵਾਹ, ਜੱਡ ਬਲੈਕ ਜਿੱਤ ਗਿਆ ਕਿ ਵੱਜਦੇ ਸੀ ਲਲਕਾਰੇ ਹੋ ਗਿਆ ਕੀ ਮਿੱਤਰਾ, ਹੁਣ ਆ ਕੀ ਸੀ ਜੱਡ ਬਲੈਕ ਭਾਈ ਪਹਿਲਾ ਰਾਊਂਡ ਜਿੱਤ ਗਿਆ, ਰੂਹ ਬਲੋਡਿਆ ਹੀ ਫਿਰਦਾ। ਹੈਲੋ ਹਰਪ੍ਰੀਤ ਬਾਈ, ਬਾਈ ਹਰਪ੍ਰੀਤ ਨੂੰ ਬੇਨਤੀ ਆ ਗਰਾਊਂਡ ਦੇ ਵਿੱਚ ਜਿੰਨਾ ਵੀ ਅਨਡਿਸਿਪਲਿਨ ਹੈ ਉਹਨੂੰ ਸੈੱਟ ਕਰਵਾਇਆ ਜਾਵੇ, ਅਗਲਾ ਮੈਚ ਫੇਰ ਹੋਣਾ ਅਨਡਿਸਿਪਲਿਨ ਆ ਜਿਹੜਾ ਸੈੱਟ ਕਰ ਦਿਓ, ਅਗਲੇ ਮੈਚ ਨੂੰ ਆਪਾਂ ਸੱਦੇ ਪੱਤਰ ਦਿਓ। ਗੋਪੀ ਜੀ ਕਿਹੜਾ ਹੈਗਾ ਕਾਪੀ ਤੇ ਤੁਹਾਡੇ? ਅਗਲਾ ਮੈਚ ਹੈ ਜੀ ਕੁਲਵੰਤ 68-62 ਤੇ ਮੋਹਾਲੀ ਅਰਜਨ। ਹਾਂਜੀ ਕੁਲਵੰਤ 68-62 ਤੇ ਮੋਹਾਲੀ ਅਰਜਨ, ਇਹ ਦੋਨੇ ਟਰੈਕਟਰਾਂ ਦਾ ਨਾਮੀ ਮੁਕਾਬਲਾ ਹੋਣਾ ਮੇਰੇ ਵੀਰੋ, ਦੋਨੇ ਟਰੈਕਟਰ ਪਹਿਲੇ ਪਹਿਲੇ ਨੰਬਰ ਜਿੱਤਣ ਦੇ ਆਦੀ ਨੇ ਮੇਰੇ ਵੀਰੋ, ਕਦੇ 68-62 ਕੁਲਵੰਤ ਜਿਉਂਡੀਅਰ ਦੀ ਜੇ ਗੱਲ ਕਰੀਏ 1 ਲੱਖ ਰੁਪਏ ਦਾ ਜਿਹੜਾ ਰੋਟਾਵੇਟਰ ਜਿੱਤਿਆ ਮੇਰੇ ਵੀਰੋ ਉਸ ਟਰੈਕਟਰ ਨੇ, ਉਹ ਵੀ ਤੁਹਾਡੇ ਸਾਹਮਣੇ ਪ੍ਰਦਰਸ਼ਨ ਕਰਨ ਦੇ ਲਈ ਆਵੇਗਾ। ਔਰ ਦੂਜੇ ਪਾਸੇ ਤਾਜ਼ੇ ਨੰਬਰਾਂ ਦੀ ਗੱਲ ਕਰਾਂ ਬਟਾਰੀ ਪਿੰਡ ਦੇ ਵਿੱਚ, ਉਹ ਬਾਈ ਹੁੱਕਾਂ ਨਹੀਂ ਓਕੇ ਕਰਵਾਈਆਂ ਅਗਲੇ ਮੈਚ ਦੀਆਂ। ਗੋਪੀ ਯਾਰ ਵੀਰੋ ਬੇਨਤੀ ਹੈ, ਬਹੁਤ ਟਾਈਮ ਤੋਂ ਅਨਾਊਂਸਮੈਂਟ ਕੀਤੀ ਹੈ, ਮੋਹਾਲੀ ਅਰਜਨ
ਬਲਵੰਤ 68-62 ਆਓ ਜੀ ਜਲਦੀ ਪਿੰਡ ਵਾਲਿਆਂ ਦਾ ਨਮੇੜ ਦੋ ਲਾਡੀ ਜੀ ਸੱਤ ਵਾਲਿਆਂ ਦਾ ਇੱਧਰ ਹਰਪ੍ਰੀਤ ਹੋਣੀ ਹੈਪੀ ਹੋਣੀ ਸਾਰੇ ਵੀਰ ਕਹਿੰਦੇ ਨੇ ਵੀ ਐਂਟਰੀ ਫੀਸ ਵੀ 500 ਸੀ ਔਰ ਇਤਰਾਜ਼ ਫੀਸ ਵੀ 500 ਆ ਇਤਰਾਜ਼ ਫੀਸ ਵੀ 500 ਰੁਪਈਆ ਜੇ ਕਿਸੇ ਵੀਰ ਨੂੰ ਕੋਈ ਡਾਊਟ ਵਗੈਰਾ ਵੀ 2000 ਲੱਗੂਗਾ 500 ਰੁਪਈਆ ਵੀਰੋ ਇਹ ਨੋਟ ਕਰ ਲਿਓ ਬਈ ਹੁੱਕਾਂ ਜਲਦੀ ਓਕੇ ਕਰਵਾ ਦਿਓ ਇਹ ਗੋਪੀ ਆਹ ਪਰਚੀਆਂ ਫੜ ਵੀਰੋ ਜਿਹੜੇ ਹਰੀ ਜਾਂਦੇ ਨਾਲ ਪਾੜੀ ਚੱਲੇ ਦੂਜੀਆਂ ਸਾਂਭ ਲਾ ਹੁਣ ਇਹ ਕਹਿੰਦੇ ਅਸੀਂ ਕਿੱਥੋਂ ਸਾਂਭੀਏ ਪਰਚੀ ਪੱਟਣੀ ਆ ਯਾਰ ਹੋਰ ਕੀ ਕਰਨਾ ਇਹਨੂੰ ਕਿਹੜਾ ਜ਼ੋਰ ਲੱਗਦਾ ਪਰਚੀ ਪੱਟਣੀ ਆ ਯਾਰ ਹੈ ਇਹ ਕੋਈ ਪੱਥਰ ਵਾਲਾ ਕੰਮ ਤਾਂ ਹੈ ਨੀ ਵੀ ਇਹ ਤਾਂ ਆਪਾਂ ਥੋੜਾ ਚਲਾਉਣਾ ਪਰਚੀ ਪੱਟਣੀ ਆ ਵੀਰ ਬਣ ਕੇ ਯਾਰ ਕਰ ਦੋ ਇੰਨਾ ਕੁ ਕੰਮ ਵਧੀਆ ਗੱਲ ਅੱਜ ਮੁਹੰਮਦ ਸਦੀਕ ਨੇ ਵੀ ਕਿ ਸ਼ਹਿਰ ਗਿਆ ਸੀ ਦਿਓਰਾ ਘਰ ਦਾ ਬਣ ਕੇ ਮੋਹਰੀ ਵੇ ਕਿ ਸੌਦਾ ਪੱਤਾ ਲੈਣ ਲਈ ਤੂੰ ਮੱਲੋ ਜੋਰੀ ਵੇ ਅੱਜ ਠੀਕ 3:30-4 ਵਜੇ ਸਾਡੇ ਤਿੰਨ ਹੋ ਗਏ ਅਗਲੇ ਵੀ ਪੈਂਡਿੰਗ ਚ ਸੱਦ ਕੇ ਰੱਖੋ ਵੀਰੇ ਆਹ ਦੇਖੋ ਬ੍ਰੇਕ ਪੈਂਦੀ ਹੈ ਚੰਗਾ ਨਹੀਂ ਲੱਗਦਾ 1 ਕਰੋੜ ਤੋਂ ਬਾਅਦ ਮੁਹੰਮਦ ਸਦੀਕ ਜੀ ਦਾ ਖਾਣਾ ਜਿਹੜਾ ਹੋਊਗਾ ਇਹ ਵੀ ਸਾਰੀ ਸੰਗਤ ਆਨੰਦ ਲਿਓ ਨਜ਼ਾਰੇ ਲਿਓ ਸਵਾਦ ਲਿਓ ਵੀਰੇ ਬੇਨਤੀ ਆ ਮੋਹਾਲੀ ਅਰਜਨ ਮੋਹਾਲੀ ਅਰਜਨ ਤੇ ਕੁਲਵੰਤ 68-62 ਲਾਡੀ ਜੀ ਜੇ ਇੱਕ ਅੱਧਾ ਮੈਚ ਕਰਾਉਣਾ ਕਰਵਾ ਲਓ ਓਕੇ ਜੀ ਮੁਹੰਮਦ ਸਦੀਕ ਜੀ ਸਾਡੇ ਕੋਲ ਪਹੁੰਚ ਚੁੱਕੇ ਨੇ ਉਹ ਕਹਿੰਦੇ ਜੀ ਬਸ ਜਿੰਨੇ ਕੁ ਹੋ ਗਏ ਹੁਣ ਬਾਅਦ 'ਚ ਕਰਾਇਓ ਵੀ ਹੁਣ ਤੁਸੀਂ ਸਾਡਾ ਅਸੀਂ 100 ਰੁਪਏ ਵਾਲਾ ਹਿਸਾਬ ਦੇਵਾਂਗੇ ਤੁਸੀਂ 100 ਰੁਪਏ ਵਾਲਾ ਹਿਸਾਬ ਲਛਮਣ ਭਾਈ ਸੁਣ ਕੇ ਜਾਇਓ ਕਲਵੰਤ ਜਲਦੀ ਰਹਿ ਯਾਰ